ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇਹ ਹੈ ਕਿ ਪਵਿੱਤਰ ਦਾ ਮਾਮਾ ਆਇਆ ਸੀ ਅੰਬ ਲੈ ਕੇ, ਤੇ ਅਸੀਂ ਆਖਿਆ ਚਾਰ ਪਾ ਲਈਏ, ਨਾਲੇ ਅੱਜ ਉਹਨਾਂ ਨੂੰ ਤੁਹਾਨੂੰ ਲਾਉਂਦੇ ਹਾਂ। ਇਹ ਨਹੀਂ ਕੰਮ ਮੁਕਰ ਦਿੰਦੇ, ਹਾਂ ਕੋਈ ਨਾ ਕੋਈ ਰੱਖ ਹੀ ਦੇ ਰਿਹਾ ਅੱਗੇ ਅੱਗੇ। ਉਹਨਾਂ ਨੂੰ ਪਤਾ ਨਾ ਮੈਂ ਠੰਡਾ ਵਾਲਾ ਘੜੀ ਸੌਣੇ ਆ, ਤੁਹਾਡੇ ਦਿਲ 'ਚ ਹੀ ਮੈਂ ਸੌਣਾ, ਤਾਂ ਉਹਨਾਂ ਨੇ ਦਿਲ 'ਚ ਤਾਂ ਸੌਣਾ ਨਹੀਂ ਆ। ਕੰਮ ਹੀ ਕਰਦੇ ਰਹੋ, ਠੀਕ ਆ। ਜਿੰਨੇ ਦੇ ਅੰਬ ਲਿਆਂਦਾ ਉਹਨੇ ਦੇ ਪੂਰੇ ਖਾ ਗਿਆ ਫਰਕ। ਚਲ ਠੀਕ ਆ ਭਰਾ, ਹੀ ਸਫਾ ਲਿਆ ਨੇ ਵਿੱਚ ਆਪਣਾ, ਨਾਲੇ ਪੂਰੇ ਖਾ ਲਏ। ਕੱਲ ਨੂੰ ਬਹਿ ਕੀ ਦਿਨਾ ਮੈਂ ਕੱਢੇ, ਤੁਸੀਂ ਕੱਲਿਆਂ ਖਾ ਲਏ ਆ। ਮੈਂ ਤਾਂ ਹੀ ਕੱਢੀ, ਤਾਂ ਹੀ ਮੈਨੂੰ ਪਤਾ ਨਹੀਂ ਕਿ ਅੱਜ ਹੈ। ਤੁਹਾਡੇ ਭਰਾ ਨੇ ਉਹਨਾਂ ਨਾਲ ਤੁਹਾਡੇ ਭਤੀਜੇ ਨੇ ਆਉਣਾ, ਕਹਿੰਦੇ ਮੈਨੂੰ ਪਹਿਲਾਂ ਪਤਾ ਸੀ। ਹੱਥ ਨਾ ਵੱਢ ਦੀ ਭਰਾਵਾ, ਹੱਥ ਨਾਲ ਵੱਢ ਲਈ ਹੋਰ ਗੱਲ ਕੋਈ ਨੀ। ਆਵੇ ਦੱਤ ਬੜਾ ਤਿੱਖਾ ਹੀ ਮਾੜਾ ਜਿਹਾ ਉਦੋਂ ਲੱਗਾ ਤਰੀਕਾ ਤੇਰੇ ਕੋਲ, ਬਹੁਤ ਆ ਤਰੀਕਾ ਤੇ ਬੜਾ ਤੇਰੇ ਕੋਲ। ਏਦਾਂ ਤਾਂ ਨੀ ਹੱਥ ਵੱਜੇਗਾ, ਰੇਤੀ ਲਾਉਂਦੇ ਆ ਉੱਥੇ। ਉਹਨਾਂ ਦੇ ਹਰ ਤਰ੍ਹਾਂ ਦੇ ਪੰਜਾਬੀ ਬੰਦੇ ਰੱਖੇ ਆ, ਪੰਜਾਬੀ ਵੀ ਫਿਰ ਕੋਈ ਵੀਡੀਓ ਕੁਛ ਨਹੀਂ ਦੇਖੀ ਕਰਦੇ। ਛੋਟੇ ਵੀ ਕਰਨਾ ਮਾਮਾ ਹੀ ਦੇ, ਵੱਡੇ ਬੜੇ ਆ। ਲੈ ਆ ਵੀ ਖਰਾਬ ਕਰਤਾ ਜੀ, ਚੱਲ ਠੀਕ ਆ। ਬਹੁਤਾ ਵਧੀਆ ਦੇਸੀ ਦੇਸੀ ਆ ਅੰਗਰੇਜ਼ੀ ਚਿੱਟੇ ਦੇਸੀ ਹੁੰਦੇ ਆ, ਚਿੱਟੇ ਦੇਸੀ ਹੁੰਦੇ ਆ। ਆਪਾਂ ਮੇਰੇ ਹਿਸਾਬ ਨਾਲ 40 ਕੁ ਮਿੰਟ ਲੱਗੇ ਆਪਾਂ ਨੂੰ ਘੱਟ ਤੇ ਸਾਰੇ, ਤੇ ਆਪਣਾ ਕੰਮ ਦਿੱਤਾ ਕਰ ਤੇ ਅੱਗੋਂ ਹੁਣ ਇਹ ਜਾਣਨ ਤੇ ਇਹਨਾਂ ਦਾ ਕੰਮ ਜਾਣੇ। ਆ ਅੰਬ ਸਾਂਭ ਲਓ ਆਪਣੇ, ਜੋ ਮਰਜ਼ੀ ਕਰੋ, ਹੁਣ ਮੇਰਾ ਜਿਹੜਾ ਕਰਨ ਵਾਲਾ ਕੰਮ ਹੈ ਸੌਣਾ ਹੀ ਸੌਣਾ ਨਹੀਂ ਪੂਰਾ ਤੈਨੂੰ। ਆਹ ਹੁਣ ਨਹੀਂ ਮੈਂ ਜਾਣਾ ਕਦੇ ਵੀ, ਸੌਂਫ ਮੈਂ ਲਿਆਂਦੀ ਆ ਘਰੋਂ ਭਾਵ, ਤੇ ਤੁਹਾਡੇ ਘਰ ਹੈਗਾ ਹੋਰ ਤੁਸੀਂ ਹੋਰ ਤੁਸੀਂ ਉਹ ਦੂਜੇ ਲਿਆਉਣੇ ਹੋਣੇ ਆ, ਬੜੇ ਚੀਜ਼ ਪਾਉਂਦੇ ਹੁੰਦੇ ਕਾਲੇ ਕਾਲੇ।
ਕਾਲੀ ਮਿਰਚ ਵੀ ਪਾਇਓ ਇਹਦੇ। ਚਲੋ ਕੋਈ ਗੱਲ ਨੀ, ਪਾਉਂਦੇ ਆਪਾਂ ਚਾਰ ਤੇ ਦੀਦੀ ਹੁਣਾਂ ਨੇ ਸਾਰਾ ਸਮਾਨ ਰੈਡੀ ਕਰਕੇ ਰੱਖਿਆ ਵਾ। ਆਹ ਵੇਖੋ ਕਾਲੀਆਂ ਮਿਰਚਾਂ ਜਿਹੜੀਆਂ ਉਹ ਵੀ ਉਹਨਾਂ ਨੇ ਕੁੱਟ ਲੀਆਂ ਵਾ, ਹਨਾ, ਤੇ ਨਹੀਂ ਮਿਰਚਾਂ ਆਹ ਵਾ ਸੋਰੀ, ਤੇ ਆਹ ਕਾਲੀ ਮੋਟੀ ਇਲਾਚੀ ਆ, ਤੇ ਆਹ ਕਾਲੀ ਮਿਰਚ ਇਹਨਾਂ ਨੇ ਬਰੀਕ ਕਰ ਲਈ ਆ, ਆਹ ਮੇਥੇ ਆ ਇਹ ਵੀ ਬਰੀਕ ਕਰ ਲਏ ਆ, ਤੇ ਆਹ ਸੌਂਫ ਵੀ ਵੇਖੋ, ਹਨਾ, ਸਾਰਾ ਸਮਾਨ ਵੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਦੀਦੀ ਹੁਣਾਂ ਨੇ ਸਾਰਾ ਕਰ ਲਿਆ ਵਾ। ਤੇ ਆਹ ਦੇਗੀ ਮਿਰਚ ਵਾ, ਕਲਰ ਵਾਲੀ ਵੀ ਆ, ਕੱਚਾ ਨਾ ਪਾਇਓ, ਬਾਅਦ ਵਿੱਚ ਕਾੜ ਕੇ ਪਾ ਲਿਓ, ਤੇਲ ਕਾੜਿਆ ਹੋਵੇ ਨਾ ਚਾਰ ਵਧੀਆ ਰਹਿੰਦਾ ਨਾਲੇ, ਨਾਲੇ ਆ ਕੇ ਜਿਦਾਂ ਕੱਚੇ ਤੇਲ ਨਾਲ ਗਲੇ ਗਲੇ ਖਰਾਬ ਹੋ ਜਾਂਦੇ ਆ, ਤੇ ਉਹਦੇ ਨਾਲ ਫਿਰ ਨਹੀਂ ਹੁੰਦੇ ਨਾਲੇ। ਚਲੋ ਜਿਹੜੀ ਚੀਜ਼ ਦਾ ਨਾ ਪਤਾ ਇਹ ਪੁੱਛ ਲੈਣਾ ਚਾਹੀਦਾ, ਵੈਸੇ ਮੈਂ ਪਿਛਲੀ ਵਾਰੀ ਪਾਇਆ ਤੁਸੀਂ ਖਾਧਾ ਕਿੰਨਾ ਸਵਾਦ, ਨਹੀਂ ਚਾਰ ਉਹ ਵੀ ਬਹੁਤ ਸਵਾਦ, ਸਾਰੇ ਬੜਾ ਪਸੰਦ ਆ, ਬਹੁਤ ਸਵਾਦ, ਹੁਣ ਤੱਕ ਆਪਾਂ ਖਾਂਦੇ ਆ ਸਾਰੇ ਜਾਣੇ, ਤੇ ਉਹ ਵੀ ਚਾਰ ਜਿਹੜਾ ਏਡਾ ਵਧੀਆ ਵਾ ਨਾ ਵੀ ਗੱਲ ਨੀ ਕਰਨ ਵਾਲੀ। ਤੇ ਕਰੀਏ ਦੀਦੀ ਸਟਾਰਟ? ਹਾਂਜੀ ਕਰੀਏ। ਮੈਂ ਕਿਹਾ ਚਲੋ ਫਿਰ ਆਹ ਦੀਦੀ ਹੁਣਾਂ ਨੇ ਕਰਕੇ ਕੱਟ ਕੇ, ਤੇ ਆਹ ਵੇਖੋ ਕਿੱਡੇ ਵਧੀਆ ਤਰੀਕੇ ਨਾਲ ਸੁਕਾ ਸੁਕੂ ਕੇ ਵਿੱਚ ਪਾਇਆ ਵਾ, ਦੀਦੀ ਕਰੀਏ ਸ਼ੁਰੂ। ਤੇ ਪਹਿਲਾਂ ਆਪਾਂ ਪਾਤੀ ਆ ਜੀ ਵਿੱਚ ਸੌਂਫ, ਮੇਥੇ, ਅੱਜ ਭੈਣਾਂ ਭੈਣਾਂ ਮਿਲ ਕੇ ਬਣਾਉਣੀਆਂ ਚਾਰ, ਕਾਲੀ ਮਿਰਚ ਆ ਗਈ ਜੀ, ਕਾਲੀ ਮਿਰਚ, ਮੈਂ ਕਾਲੀ ਮਿਰਚ ਥੋੜੀ ਜਿਹੀ ਵਿੱਚ ਸਬੂਤੀ ਪਾਈ ਜਾ ਸਕਦੀ ਜਦੋਂ ਪੂਰੀ, ਹਨਾ, ਥੋੜੀ ਜਿਹੀ ਪਾ ਲਓ ਅੱਜ ਪਾ ਲਓ, ਤੇ ਆ ਮੋਟੀ ਲੈਤੀ ਹੈ ਦੀਦੀ, ਕਿਲੋ ਕੁ ਖੰਡ ਪਾਵਾਂਗੇ, ਜੇ ਘੱਟ ਆ ਤਾਂ ਮੈਂ ਹੋਰ ਲਿਆ ਦੇ, ਨਹੀਂ ਨਹੀਂ ਬੜੀ ਆ, ਮਿਰਚ ਵੀ ਆ ਲੋ ਜੀ, ਨਾਲੇ ਇਹਦੇ ਨਾਲ ਕਲਰ ਵਧੀਆ ਆਉਂਦਾ ਵਾ, ਆ ਜੀ ਹਾਂਜੀ ਦੇਗੀ ਮਿਰਚ, ਵੇਖੋ ਕਿੰਨਾ ਸੋਹਣਾ ਮਟੀਰੀਅਲ ਵਾ, ਹਨਾ, ਤੇ ਏਦਾਂ ਦਾ ਚਾਰ ਜਿੰਨਾ ਸਾਰਾ ਕੁਛ ਪਿਆ ਹੋਵੇ ਤੇ ਆਪਣੇ ਆਪ ਜੀ ਕਰਦਾ, ਹਨਾ,
ਤੇ ਬਣਾਈਆਂ ਹੁਣ ਪਰੌਂਠੀਆਂ ਤੇ ਰੱਖੋ ਤੇ ਨਾਲ ਬਣਾਓ ਚਾਹ ਤੇ ਕਿੰਨਾ ਮਜ਼ਾ ਆਉਂਦਾ ਉਹ ਬਾਕੀ ਬਾਅਦ ਚ ਤੇਲ ਆ ਨਾ ਬਾਕੀ ਤੁਸੀਂ ਕੱਢ ਲਿਓ ਬਾਅਦ ਚ ਫਿਰ ਪਾ ਲਿਓ। ਚਲੋ ਬਸ ਮਿਕਸ ਹੋ ਜਾਣਾ ਇਹਨੇ ਨਾਲ ਸਾਡਾ। ਤੁਸੀਂ ਵੀ ਦੱਸੋ ਕੁਛ। ਮੈਂ ਦੱਸਣਾ, ਮੈਂ ਇਹ ਦੱਸ ਸਕਦਾ ਵੀ ਜਿਹੜਾ ਪਿਛਲਾ ਚਾਰ ਸੀ ਸਾਡਾ ਪੁਰਾਣਾ, ਉਹ ਵੀ ਬੜਾ ਟੇਸਟ ਆ। ਮੈਂ ਹੁਣ ਇਹ ਰੋਟੀ ਨਾਲ ਖਾ ਗਿਆ, ਬੜਾ ਸਵਾਦ ਆ ਵੀ। ਉਹਦੇ ਵਿੱਚ ਵੀ ਨਾ ਭਾਜੀ ਇੰਨਾ ਹੀ ਮਸਾਲਾ ਪਿਆ ਹੈਗਾ, ਇੱਕ ਪੀਸ ਲੈ ਲਓ ਨਾ। ਮੈਂ ਇਹ ਚਾਹੁੰਦਾ ਵੀ ਆਹ ਵਾਲਾ ਜਿਹੜਾ ਉਹ ਤੋਂ ਵੀ ਸਵਾਦ ਬਣੇ ਅੱਗੇ। ਇਹ ਤਾਂ ਵਧੀਆ ਬਣਿਆ ਹੈ ਭਾਜੀ, ਉਹ ਦੇਖ ਨਾ। ਦੇਖੋ ਹੁਣ ਜੀ ਕਹਿੰਦੇ ਦੇ ਕੱਚੇ ਬੰਦਾ ਖਾ ਲਵੇ। ਸਹੀ ਗੱਲ ਨਹੀਂ, ਇਹ ਨਾ ਦੂਜੇ ਖਾ ਲਾਂਗੇ, ਇਹਦੇ ਦੂਜਾ ਸਮਾਨ ਪਾ ਲਾਂਗੇ। ਹਾਂ ਉਹ ਪਾ ਲਿਆ ਚੁੱਪ ਚੁੱਪ ਕੇ। ਚਾਰ ਭਾਜੀ ਹੁੰਦਾ ਹੈ ਮਸਾਲੇ ਦਾ ਵਾ ਜੀ, ਥੋੜਾ ਜਿਹਾ ਤੇਲ ਹੋਰ ਪਾਇਓ। ਮੈਂ ਗਰੈਂਡ ਕਰਕੇ ਦੇ ਪਾਈ ਸੀ ਨਾਲੇ ਨੇ ਠੀਕ ਨਹੀਂ ਬਚਿਆ ਤੇ ਬਾਕੀ ਤੇਲ ਆਪਣਾ ਘਰ ਦਾ ਜੀ। ਨਹੀਂ ਨਹੀਂ ਤੇਲ ਇਹ ਕਿ ਤੇਲ ਵਿੱਚ ਚਾਰ ਡੁੱਬਿਆ ਹੋਵੇ ਨਾ ਤੇ ਕਦੀ ਖਰਾਬ ਨਹੀਂ ਹੁੰਦਾ ਤੇਲ ਤੇ ਆਪਣਾ ਸਭ ਹੋ ਜਾਏ। ਹਾਂ ਹਾਂਜੀ ਰੱਖੋ ਇਹ ਕਢਾਉਣ ਵਾਲੀ ਵੀ ਸਾਨੂੰ ਆ ਤੇ ਕਢਾ ਲਿਆ। ਹਾਂਜੀ ਹਾਂ ਨਹੀਂ ਕਢਵਾਇਆ ਉਦੋਂ ਜਦੋਂ ਸਰੋਂ ਨਿਕਲੀ ਹੈ ਨਾ। ਅਸੀਂ ਹਜੇ ਕਢਾਇਆ ਨਹੀਂ, ਪਹਿਲਾਂ ਹੀ ਕਢਵਾਇਆ ਉਹ ਖਾਲੀ ਜਾਂਦਾ। ਅੱਛਾ ਤਾਂ ਪਹਿਲੇ ਕਿੰਨੀ ਸਰੋਂ ਚ ਲੰਡਿਆ ਆ ਆ ਦੇਖੋ ਮੇਰਾ ਕੀ ਕਰਦੇ ਹੋ ਜਿੰਨਾ ਨੇ ਹਾਂ ਇਹ ਕਿਉਂ ਕਹੇ ਨੇ ਪਹਿਲਾਂ ਵੀ ਖਾਣਾ ਸੀ ਇਹ ਖਾਣਾ ਨਵੇਂ ਚਾਲੋ ਚਾਹ ਬਣਾ ਸਾਰਿਆਂ ਦਾ ਤੇ ਬੀਜੀ ਨੂੰ ਕਹਿੰਦਾ ਤੁਸੀਂ ਵੀ ਹਿੱਸਾ ਪਾ ਲਓ ਸੁੱਤੇ ਆ ਠੀਕ ਹੈ ਸੁੱਤੀ ਨੂੰ ਕੋ ਕੋ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ। ਚਲੋ ਐਲਕੀ ਚਾਰ ਨਾ ਸਵਾਦ ਬਣ ਜੇ ਨੇ ਸਾਰਿਆਂ ਨੇ ਕਹਿਣਾ ਵੀ ਇਹ ਜੀ ਕਿਵੇਂ ਮਸਾਲੇ ਤੇ ਸਾਰੇ ਤੁਸੀਂ ਕੁੱਟੇ ਕੱਟੇ ਆ ਪਰ ਇਹ ਆ ਵੀ ਇਹ ਆ ਵੀ ਬੂਟਾ ਬਣੂਗਾ ਜੇ ਸਵਾਦ ਬਣੂਗਾ ਨਾ ਤੁਹਾਨੂੰ ਫਿਰ ਦੱਸਾਂਗੇ ਸਾਰਿਆਂ ਨੂੰ ਕਿਦਾਂ ਦਾ ਬਣਿਆ। ਇਹ ਭਾਵੇਂ ਇੱਕ ਢਿੱਲੀ ਚੋਣੀ ਨਾ ਫਿਰ ਸਾਰੇ ਹਨਾ ਸਾਡੇ ਨਹੀਂ ਵੀ ਕਹਿੰਦੇ ਸਾਰੇ ਇੱਕ ਪੀਸ ਚਾਹਾਂਗੇ। ਸਹੀ ਗੱਲ ਆ ਸਾਰੇ ਭੈਣ ਭਰਾ ਵੀ ਕਿੱਦਾਂ ਦੀ ਲੱਗੀ ਚਾਰ ਦੀ ਤੇ ਕਿੱਦਾਂ ਦਾ ਲੱਗਣ ਦਾ ਕਮੈਂਟ ਕਰਕੇ ਦੱਸਿਓ ਸਾਰੇ ਜਾਣੇ। ਕਿੰਨਾ ਚਿਰ ਲੰਘ ਜੂ ਕਿੰਨੇ ਸਾਲ ਆਂਟੀ ਚਲੋ ਵਧੀਆ ਨਾ ਚਾਰ ਤੋਂ ਬਿਨਾ ਟਾਈਮ ਨੀ ਨਿਕਲਦਾ।
ਚੈੱਕ ਕਰੋ ਹੁਣ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਣ ਡਿਆ ਵੇਖੋ ਲੱਗਦਾ ਹੈ ਕਿ ਬਹੁਤ ਵਧੀਆ ਬਦਲ ਵੇਖੇ ਬਾਹਰ ਚਲੋ ਕੋਈ ਨੀ ਹੁਣ ਆਪਾਂ ਵੀ ਤਿਆਰੀ ਕਰ ਲਈ ਆ ਸਾਰਿਆਂ ਨੂੰ।